ਦੇਖੋ ਸਿਆਣਿਆਂ ਨੇ ਸੱਚ ਹੀ ਕਿਹਾ ਕਿ ਘਰ ਦਾ ਭੇਦੀ ਲੰਕਾ ਢਾਏ। ਜੋ ਅੱਜ ਜਲੰਧਰ ਦੇ ਵਿੱਚ ਘਟਨਾਕ੍ਰਮ ਹੋਇਆ ਜਿੱਥੇ ਆਮ ਆਦਮੀ ਪਾਰਟੀ ਦਾ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਅੰਦਰ ਗੰਦੇ ਜਿਹੜੇ ਕਰਪਸ਼ਨ ਦੇ ਰਾਜ਼ ਨੇ ਉਹਨਾਂ ਦਾ ਪਰਦਾਫਾਸ਼ ਕੀਤਾ, ਸਰਕਾਰ ਦੇ ਉੱਤੇ ਐਲੀਗੇਸ਼ਨ ਲਾਏ, MLA ਦੇ ਉੱਤੇ ਐਲੀਗੇਸ਼ਨ ਲਾਏ, ਪਰ ਅੱਜ ਇੱਕ ਨਵੀਂ ਗੱਲ ਜਿਹੜੀ ਹੋਈ ਜਿਹੜੀ ਅੱਗੇ ਦਬੀ ਜ਼ੁਬਾਨ ਦੇ ਵਿੱਚ ਹੁੰਦੀ ਸੀ ਕਿ ਮੁੱਖ ਮੰਤਰੀ ਦੇ ਪਰਿਵਾਰ ਦੇ ਉੱਤੇ ਸਿੱਧਾ ਸਿੱਧਾ MLA ਨਾਲ ਰਲ ਕੇ ਮੁੱਖ ਮੰਤਰੀ ਦੀ ਭੈਣ ਦੇ ਉੱਤੇ ਵੀ ਇਲਜ਼ਾਮ ਨੇ। ਇਹ ਗੱਲਾਂ ਦਾ ਜਵਾਬ ਹੁਣ ਸਰਕਾਰ ਨੂੰ ਸਾਹਮਣੇ ਆ ਕੇ ਦੇਣਾ ਚਾਹੀਦਾ, ਔਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ, ਜਿਹੜੇ ਗੱਡੀ ਦੀ ਛੱਤਾਂ 'ਤੇ ਕਦੇ ਕਿੱਕਲੀਆਂ ਪਾਉਂਦੇ ਨੇ, ਕਦੇ ਗਾਣੇ ਲਾ ਕੇ ਨੱਚਦੇ ਨੇ, ਅਤੇ ਅੱਜ ਉਹਨਾਂ ਦਾ ਆਪਣਾ ਰਾਜ ਸਾਹਮਣੇ ਆ ਗਿਆ ਕਿ ਕਿਸ ਤਰੀਕੇ MLA ਨਾਲ ਮਿਲ ਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ। ਔਰ ਇਹ ਕੋਈ ਪਹਿਲੀ ਵਾਰ ਨਹੀਂ, ਅੱਗੇ ਵੀ ਬਹੁਤ ਵਾਰ ਪੈਨ ਡਰਾਈਵਾਂ ਦੀ ਗੱਲ ਹੋਈ ਹੈ, ਸਬੂਤਾਂ ਦੀ ਗੱਲ ਹੋਈ ਹੈ, ਪਰ ਮੁੱਖ ਮੰਤਰੀ ਨੇ ਕਦੇ ਵੀ ਐਕਸ਼ਨ ਨਹੀਂ ਲਿਆ, ਨਾ ਕਟਾਰੂ ਚੱਕ ਦੇ ਉੱਤੇ, ਨਾ ਮੰਤਰੀ ਬਲਕਾਰ ਸਿੰਘ ਦੇ ਉੱਤੇ। ਪਰ ਅੱਜ ਮੈਂ BJP ਨੂੰ ਸਿੱਧਾ ਸਵਾਲ ਕਰਦਾ ਕਿ ਦੇਸ਼ ਦੇ ਵਿੱਚ ਰਾਜ ਕਰਨ ਵਾਲੀ ਧਿਰ BJP ਹੈ, ਔਰ ਇਲਜ਼ਾਮ ਸੂਬੇ ਦੇ ਮੁੱਖ ਮੰਤਰੀ ਦੇ ਉੱਤੇ ਹੈ, ਮੁੱਖ ਮੰਤਰੀ ਦੇ ਪਰਿਵਾਰ ਦੇ ਉੱਤੇ ਹੈ। ਸੋ ਇਹਦੀ ਜਾਂਚ ਪੰਜਾਬ ਸਰਕਾਰ ਕਿੱਦਾਂ ਕਰ ਸਕਦੀ ਹੈ, ਤਾਂ ਜਾਂਚ ਪ੍ਰਭਾਵਿਤ ਹੋ ਜੂਗੀ। ਸੋ ਅੱਜ BJP ਦਾ ਫਰਜ਼ ਬਣਦਾ ਕਿ ਇਕੱਲੀ ਪ੍ਰੈਸ ਕਾਨਫਰੰਸ ਨਾ ਕਰਨ, ਕੇਂਦਰੀ ਏਜੰਸੀਆਂ ਤੋਂ ਇਹਦੀ ਜਾਂਚ ਕਰਾਉਣ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ, ਕਿਉਂਕਿ ਇਲਜ਼ਾਮ ਹੁਣ ਬਹੁਤ ਸੰਗੀਨ ਨੇ। ਇੱਦਾਂ ਹੀ ਨਹੀਂ ਪੰਜਾਬ ਦੇ ਸਿਰ 'ਤੇ 70-80 ਹਜ਼ਾਰ ਦਾ ਕਰੋੜ ਦਾ ਕਰਜ਼ਾ ਚੜ੍ਹ ਗਿਆ, ਇਹ ਜਿਹੜਾ ਅੰਦਰ ਲੁੱਟ ਮਚੀ ਹੋਈ ਹੈ, ਜਿਹੜੇ ਆਪਣੇ ਘਰ ਭਰੇ ਜਾ ਰਹੇ ਨੇ, ਇਹ ਸਾਰਾ ਉਹਦੇ ਕਰਕੇ ਹੈ। ਸੋ ਮੇਰੀ ਬੇਨਤੀ ਹੈ ਕਿ ਇਕੱਲਾ ਸਿਆਸੀ ਸਟੰਟ ਬਣ ਕੇ ਨਾ ਰਹਿ ਜੇ, ਹੁਣ ਇਹਦੇ 'ਤੇ ਕਾਰਵਾਈ ਹੋਵੇ, ਕਿਉਂਕਿ ਵਿਰੋਧੀ ਧਿਰਾਂ ਤਾਂ ਕਾਰਵਾਈ ਕਰਾ ਨਹੀਂ ਸਕਦੀਆਂ, ਪਰ BJP ਜਿਹੜੀ ਦੇਸ਼ ਦੇ ਵਿੱਚ ਰਾਜ ਕਰ ਰਹੀ ਹੈ ਉਹ ਇਹਦੇ 'ਤੇ ਕਾਰਵਾਈ ਕਰਾ ਸਕਦੀ ਹੈ, ਔਰ ਓਪਰੇਸ਼ਨ ਲੋਟਸ ਵਾਲੀ ਕਾਰਵਾਈ ਵੀ BJP ਕਰਾਵੇ, ਕਿਉਂਕਿ ਉਹ ਵੀ ਸ਼ੀਤਲ ਅੰਗੁਰਾਲ ਨੇ ਪਹਿਲਾਂ ਕਿਹਾ ਸੀ ਕਿ ਉਹ ਵੀ ਸਾਰਾ ਸ਼ਡਿਅੰਤਰ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਚਿਆ। ਸੋ ਹੁਣ ਵਕਤ ਆ ਗਿਆ ਕਿ ਬੜੀ ਸੁਹਿਰਦਤਾ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਇਹੋ ਜਿਹੇ ਘਾਲੇ ਮਾਲੇ ਨੇ, ਇਹਨਾਂ ਦੀ ਜਾਂਚ ਹੋ ਕੇ ਲੋਕਾਂ ਸਾਹਮਣੇ ਸੱਚ ਆਉਣਾ ਚਾਹੀਦਾ।